ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਆਓ ਫਿਰ ਸਵਾਗਤ ਕਰਦੇ ਹਾਂ ਪੜੀ ਸਾਹਿਬ ਦਾ। ਪੜੀ ਸਾਹਿਬ ਸਵਾਗਤ ਹੈ ਤੁਹਾਡੇ ਆਪਣੇ ਸ਼ੋਅ ਦੇ ਵਿੱਚ, ਸਤਿ ਸ੍ਰੀ ਅਕਾਲ। ਮੇਰੇ ਵੱਲੋਂ ਆਪ ਜੀ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਜੀ। ਕੀ ਹਾਲ ਚਾਲ? ਵਧੀਆ, ਬੜੀ ਕਿਰਪਾ ਜੀ, ਤੁਸੀਂ ਸੁਣਾਓ? ਬਹੁਤ ਵਧੀਆ ਜੀ, ਬਹੁਤ ਵਧੀਆ। ਆਓ ਫਿਰ ਗੱਲਾਂ ਬਾਤਾਂ ਕਰੀਏ ਜੀ। ਸਮੇਤ ਸਿੰਘ ਸੈਣੀ ਜੀ ਦੀ, ਕਹਿੰਦੇ ਬੇਲ ਅੱਜ ਰਿਜੈਕਟ ਹੋ ਗਈ ਜੀ ਉਹਨਾਂ ਦੀ ਐਪਲੀਕੇਸ਼ਨ ਕੋਰਟ ਦੇ ਵਿੱਚ। ਜਿਹੜੇ ਵੱਡਿਆਂ ਦੇ ਕੰਮ ਹੁੰਦੇ ਵੱਡੇ ਹੁੰਦੇ ਜੀ। ਸਮੇਤ ਸਿੰਘ ਸੈਣੀ ਨੇ ਕਿੱਥੇ ਅਪਰੋਚ ਨਹੀਂ ਕੀਤੀ, ਹਾਈ ਕੋਰਟ ਗਿਆ, ਸੁਪਰੀਮ ਕੋਰਟ ਗਿਆ। ਸੁਪਰੀਮ ਕੋਰਟ ਨੇ ਸਮੇਤ ਸਿੰਘ ਸੈਣੀ ਦੀ ਝਾੜ ਪਾਉਣੀ ਸੀ ਤਾਂ ਹਾਈ ਕੋਰਟ ਵੀ ਪਾ ਦਿੱਤੀ। ਉਹਨਾਂ ਕਿਹਾ ਜੀ ਆਹ ਬਲੈਂਕਟ ਬਿੱਲ ਦਾ ਮਤਲਬ ਕੀ ਆ? ਇਹਦਾ ਮਤਲਬ ਸਾਡੀਆਂ ਜਿਹੜੀਆਂ ਇਨਵੈਸਟੀਗੇਸ਼ਨ ਏਜੰਸੀਆਂ ਨੇ ਉਹ ਗਲਤ ਕਰ ਰਹੀਆਂ। ਹਾਈ ਕੋਰਟ ਨੂੰ ਮੁੜ ਕੇ ਉਹ ਬਲੈਂਕਟ ਬੇਲ ਵਾਪਸ ਲੈਣੀ ਪਈ ਤੇ ਸਮੇਰ ਸਿੰਘ ਕਹਿਣ ਵੀ ਇੰਨੀ ਗੱਲ ਕਹੀ ਵੀ ਤੂੰ ਬੇਲ ਲੈਣੀ ਆ ਤੇ ਥੱਲੇ ਸੈਸ਼ਨ ਕੋਲ ਜਾ, ਤੇਰੀ ਬੇਲ ਉੱਥੋਂ ਮਨਜ਼ੂਰ ਹੋ। ਨਾਲ ਕਹਿਤਾ ਜਿਹੜੇ ਜਿਹੜੇ ਕੇਸ ਤੇ ਅਰਜਿਆ ਉਹਨਾਂ ਸਾਰੇ ਜਾ ਕੇ ਇਨਵੈਸਟੀਗੇਸ਼ਨ ਜੁਆਇਨ ਕਰ। ਸਮੇਰ ਸਿੰਘ ਸੈਣੀ ਨੇ ਕਿਸੇ ਦੀ ਵੀ ਇਨਵੈਸਟੀਗੇਸ਼ਨ ਜੁਆਇਨ ਨਹੀਂ ਕੀਤੀ, ਲੇਕਿਨ ਬੇਲ ਲਾਤੀ। ਬੇਲ ਲੈਣ ਵਾਸਤੇ ਅੱਜ ਸੈਸ਼ਨ ਜੱਜ ਨੇ ਬਕਾਇਦਾ ਤੌਰ ਤੇ ਉਹਨਾਂ ਦੀ ਬੇਲ ਲਾਤੀ ਤੇ ਕੇਸ ਕਿਹੜੇ ਸੀ? ਇੱਕ ਕੇਸ ਹੋਇਆ ਸੀ ਇਹਨਾਂ ਤੇ 17 ਸਤੰਬਰ 2020 ਨੂੰ, ਇੱਕ ਹੋਇਆ ਸੀ 2 ਅਗਸਤ 2021 ਔਰ ਇਹਨਾਂ ਨੂੰ ਬਕਾਇਦਾ ਤੌਰ ਤੇ 19 ਅਗਸਤ 2021 ਨੂੰ ਜਿਹੜੀ ਇਹਨਾਂ ਨੇ ਦਿੱਤੀ ਸੀ, ਹਾਈ ਕੋਰਟ ਨੇ ਇਹਨਾਂ ਦਿੱਤੀ ਸੀ ਰਾਹ ਦਿੱਤੀ ਸੀਗੀ ਵੀ ਤੁਸੀਂ ਇੰਨੇ ਦਿਨਾਂ ਜਾ ਕੇ ਪੇਸ਼ ਹੋ ਤੇ ਇੰਨੇ ਵਜੇ ਤੱਕ ਪੇਸ਼ ਹੋਏ ਤੇ ਜਿਹਦੇ ਆਖਰੀ ਡੇਟ ਸੀ ਰਾਤ ਦੇ 8 ਵਜੇ ਥਾਣੇ ਗਏ। ਇਹਨਾਂ ਨੂੰ ਕਿਹਾ ਵੀ ਤੁਹਾਡੀ ਜਿਹੜੀ ਬੇਲ ਮਿਲੀ ਸੀ ਉਹ ਸ਼ਾਮੀ 5 ਵਜੇ ਖਤਮ ਹੋ ਗਈ ਤੇ ਔਰ ਹਵਾਲਾ ਬਹਿ ਚੁੱਪ ਕਰਕੇ ਉੱਥੇ DGP ਨੂੰ ਇੱਕ ਹੌਲਦਾਰ ਨੇ ਫੜ ਕੇ ਅੰਦਰ ਬੰਦ ਕਰਤਾ। ਅੱਛਾ, ਕਿਆ ਬਾਤ, ਸਮਝ ਸਮਝ ਖੇਡ ਆ ਨਾ। ਇੱਕ ਸਾਬਕਾ DGP ਹੋਏ ਤੇ ਇਹ ਮੁੜ ਕੇ ਅੰਦਰ ਘੁੰਮਦਾ ਰਿਹਾ ਬੈਠਾ ਨਹੀਂ, ਫਿਰ ਇਹਨੂੰ ਦਰੀ ਦਿੱਤੀ ਗਈ ਛੋਟੀ ਮੋਟੀ ਤੇ ਫਿਰ ਉੱਤੇ ਬੈਠਾ ਤੇ ਵੀ ਫੋਟੋਆਂ ਬਾਹਰ ਆਈਆਂ ਵੀ ਹਵਾਲਾ ਚ ਬੈਠਾ DGP। ਮਾੜੇ ਕੰਮ ਦਾ ਮਾੜਾ ਨਤੀਜਾ ਹੁੰਦਾ ਹਮੇਸ਼ਾ। ਉਹਦੇ ਵਿੱਚ ਅਗਲੇ ਦਿਨ ਜਦੋਂ ਸੈਸ਼ਨ ਦੇ ਫਿਰ ਜਦੋਂ ਕੋਰਟ ਪੇਸ਼ ਕਰਨਾ ਸੀ ਇਹਨੂੰ ਤੇ ਕੋਰਟ ਨੇ ਆਪਣੀ ਕਾਰਵਾਈ ਰੋਕੀ ਸੀ ਵੀ ਇਹਦੇ ਵਕੀਲਾਂ ਨੇ ਕਹਿਤਾ ਸੀ ਵੀ ਸਾਨੂੰ ਹਾਈ ਕੋਰਟ ਨੇ ਰਾਹ ਦਿੱਤੀ, ਹਾਈ ਕੋਰਟ ਜਾ ਰਹੇ। ਜਦੋਂ ਹਾਈ ਕੋਰਟ ਗਏ ਤੇ ਹਾਈ ਕੋਰਟ ਨੇ ਵਿਜੀਲੈਂਸ ਨੂੰ ਝਾੜ ਪਾਈ ਸੀ ਵੀ ਤੁਸੀਂ ਕੌਣ ਗ੍ਰਿਫਤਾਰ ਕਰਨ ਵਾਲੇ, ਕਿੰਨਾ ਕੁ ਜ਼ੋਰ ਸੀ ਇਹਨਾਂ ਚ। ਉਦੋਂ ਫਿਰ ਹਾਈ ਕੋਰਟ ਨੇ ਬਲੈਂਕਟ ਬੇਲ ਦੇ ਦਿੱਤੀ ਇਹਦੇ ਵੀ ਤੈਨੂੰ 22 ਫਰਵਰੀ ਤੱਕ ਜੀ, ਸੋਰੀ 22 ਅਪ੍ਰੈਲ ਤੱਕ ਕੋਈ ਨੀ ਪੁੱਛੇ। ਇੱਥੋਂ ਤੱਕ ਲਿਖਿਆ ਦਿੱਤਾ ਗਿਆ ਵੀ ਇਹਦੇ ਖਿਲਾਫ਼ ਜਿਹੜਾ ਮਰਜ਼ੀ ਕੇਸ ਦਰਜ ਹੋ ਜੇ, ਕਤਲ ਦਾ ਹੋਵੇ ਮਰਜ਼ੀ, ਉਹਨੂੰ ਤੁਸੀਂ ਗ੍ਰਿਫਤਾਰ ਨਹੀਂ ਕਰਨਾ। ਚਲੋ ਸਰਕਾਰ ਸੁਪਰੀਮ ਕੋਰਟ ਚਲੀ ਗਈ, ਸੁਪਰੀਮ ਕੋਰਟ ਨੇ ਕਹਿਤਾ ਵੀ ਬਲੈਂਕਟ ਦਾ ਮਤਲਬ ਤੁਹਾਨੂੰ ਸਮਝਾ ਰਹੀ, ਹਾਈ ਕੋਰਟ ਵੀ ਮਤਲਬ ਦੇ ਗੱਲ ਤੇ ਝੜ ਪਾਉਣਾ ਸੀ ਪਾਰਟੀ। ਲੇਕਿਨ ਇਹਦੇ ਵਿੱਚ ਇਕੱਲਾ ਇੱਕ ਕੇਸ ਨੀ, 2 ਕੇਸ ਨੇ, ਦੋਵੇਂ ਹੇਰਾਫੇਰੀ ਦੇ ਨੇ, ਲੁੱਟ ਮਾਰ ਦੇ ਨੇ। ਜਿਹੜੀ ਕੋਠੀ ਲਈ ਸੀ ਉਹਨਾਂ ਕਿਹਾ ਸੀ ਵੀ ਜਿੰਨੇ ਦੇ ਸੋਰਸਿਸ ਹੈਗੇ ਉਹਨਾਂ ਸੋਰਸਿਸ ਤੋਂ ਵੱਧ ਪੈਸੇ ਖਰਚ ਕੇ ਤੇ ਬਾਕੀ ਪੈਸੇ ਕਿੱਥੋਂ ਆਏ ਨੇ, ਹੋਰ ਪਲਾਟ ਲੈ ਦੇ ਕਿੱਥੋਂ ਆਏ ਨੇ, ਹੋਰ ਜੀ ਦੁਕਾਨਾਂ ਦੀਆਂ ਕਿੱਥੋਂ ਆਏ ਨੇ। ਇਹਦੇ ਘਰ ਵਿਜੀਲੈਂਸ ਨੇ ਰੇਡ ਵੀ ਕੀਤਾ, ਤਲਾਸ਼ ਵੀ ਲਈ, ਕਹਿੰਦੇ ਜੀ ਉਹ ਘਰ ਨੀ ਮਿਲੇ, ਘਰੋਂ ਖਿਸਕ ਗਿਆ ਜੀ। ਜੈਡ ਪਲੱਸ ਸਿਕਿਉਰਿਟੀ ਦੇ ਅੰਦਰ ਬੰਦਾ ਹੋਵੇ ਤੇ ਖਿਸਕ ਗਿਆ ਜੀ ਘਰੋਂ, ਕਿਉਂ ਲੋਕਾਂ ਦੇ ਅੱਖਾਂ 'ਚ ਘੱਟਾ ਪਾਉਂਦੇ ਹੋ ਤੁਸੀਂ, ਸੱਚੀ ਗੱਲ ਕਿਉਂ ਨੀ ਦੱਸਦੇ ਤੁਸੀਂ? ਜੈਡ ਪਲੱਸ ਸਿਕਿਉਰਿਟੀ ਹੋਵੇ, ਜਿਵੇਂ ਵਿਕਰਮ ਸਿੰਘ ਮਜੀਠੀਆ ਸੀਗਾ ਉਹਦੇ ਕੋਲ ਵੀ ਸਿਕਿਉਰਿਟੀ ਸੀ, ਉਹ ਵੀ ਖਿਸਕ ਗਿਆ ਸੀਗਾ। ਲੋਕਾਂ ਦੀ ਅੱਖਾਂ 'ਚ ਘੱਟਾ ਪਾਉਣ ਵਾਸਤੇ ਤੁਸੀਂ ਕਾਰਵਾਈ ਕਰ ਰਹੇ, ਭਾਈ ਨਾ ਕਰੋ। ਇਸ ਅਦਾਲਤ ਇਨਸਾਫ਼ ਨਹੀਂ ਮਿਲੂਗੀ ਤੇ ਉੱਪਰਲੀ ਅਦਾਲਤ ਚੋਂ ਇਨਸਾਫ਼ ਜ਼ਰੂਰ ਮਿਲੇਗੀ, ਉਹ ਸਭ ਨਾਲ ਬੇਇਨਸਾਫ਼ੀ ਨਹੀਂ ਕਰੀ। ਇਸ ਕਰਕੇ ਅੱਜ ਇਹ ਗਏ ਸੀ, ਹੁਣ ਹਾਈ ਕੋਰਟ ਜਾਣਗੇ। ਹਾਈ ਕੋਰਟ ਤੋਂ ਵੀ ਬੇਲ ਮਿਲਦੀ ਕਿ ਨਹੀਂ ਮਿਲਦੀ, ਕਿਉਂ ਨਹੀਂ ਮਿਲਦੀ, ਕਿਉਂ ਹਾਈ ਕੋਰਟ ਨੂੰ ਪਹਿਲਾਂ ਸੁਪਰੀਮ ਕੋਰਟ ਝੜ ਪਾ ਚੁੱਕੀ ਹੈ। ਇਸ ਕਰਕੇ ਸਮੇਤ ਸਿੰਘ ਸੈਣੀ ਦੀਆਂ ਮੁਸ਼ਕਲਾਂ ਵੱਧਦੀਆਂ ਜਾ ਰਹੀਆਂ ਨੇ। ਇਹ ਵੀ ਚਰਚਾਵਾਂ ਨੇ ਵੀ ਜਿਹੜਾ ਸੈਣੀ ਮੋਟਰ ਦਾ ਕੇਸ ਸੁਪਰੀਮ ਕੋਰਟ ਚ ਪੈਂਡਿੰਗ ਸੀ ਉਹਦੇ ਵਿੱਚ CBI ਨੇ ਫਾਈਲਾਂ ਜਿਹੜੀਆਂ ਖੋਲਣੀਆਂ ਸ਼ੁਰੂ ਕਰ ਦਿੱਤੀਆਂ। ਉਹ ਦੋ ਭਰਾਵਾਂ ਦੀ
मां जड़ी सी आखरी दम तक इंसाफ मंगदी मंगदी इस जहान तो चलेगी, लेकिन इंसाफ नहीं मिलिया। तीसरा भरा इस करके बच गया कि उदो विदेश गया, जो विदेश में गया हों तो वह भी उसे लंघा दिता। हूं कोशिश कर रहा वा सीबीआई की गल सुन तीसरा कानून की कहता फाइल दब के बह गया, तुम कोई गल नहीं देख लेंगे जी करो। उस केस बकायदा तौर पर बेनी सी दिखती किसी ने भी जी, सुप्रीम कोर्ट से बिल लेके आया सी आरसीबी बेल नहीं मिलनी, वकील फर्क नहीं मिलनी, फिर सुप्रीम कोर्ट ने बेल देती। इस करके समीर सिंह ने जो किए ने जो किया भुगतना पेगा अज नहीं कल कल ही परसों जी। 905-813-1320 जसबीर सिंह जी पट्टी है इस वे हाजिर ने। पट्टी साहब एक गैंग एक्सपोज होया जी, चलो कोई नवी खबर तो है नहीं परंतु चलो आप सांझी साडा फर्ज है मीडिया दे विच न्यूज शामिल करना। नकली बैंक नोट ते नकली सिक्के बरामद हुए। सिक्के पहली बार हुए? हाँ सिक्के पहली बार हुए, वही कह रहे सिक्के पहली बार हुए, नोट तो चलो वो तो होंदे रहंदे जी, नोट छापदे रहंदे आ, सिक्के पहली बार हुए। ये सिक्के दी ये बड़ी कमाल दी गल है, मशीन कित्थों मिल गई इन्हां नूं? बस इदां ही है जी। देखो साडे कोल इक बड़ी फितरत हैगी आ, डुप्लीकेट की करन च बड़े मशहूर असीं। हाँ ये गल तो हैगी। मैं पट्टी साहब मैं तेरी गल रोकना चाहवांगा इत्थे, मैं चलो डैड की एक गल सी जो नवे नवे ना राडो आया जी घड़ियां आईया सी उदो नवे नवे उस टाइम ते राडो घड़ियां आईया सी, डैड खुशी खुशी लै ली डैड ने घड़ी ते इंडिया चल गए, ते रिक्शे वाले ने भी ओ सेम घड़ी पाई सी, उस तो बाद घड़ी देखी भी नहीं असीं कित्थे गई। मैं कह रहा कि हाँ नकल मारन च डुप्लीकेट जो भी आइटम आदे विच यस ए गल है जी। हाँ जी कंटिन्यू। साडे एक पत्रकार जा रहा सी उहदे जिहड़ी जिहड़ी पिछली प्लेट सी स्कूटर दी डिग पई कित्थे, ओह कित्थे रिक्शे वाले दे हत्थ आ गई, ते उहने बकायदा तौर ते लिखिआ PJA 6746 थले लिखिआ सी प्रेस। अच्छा रिक्शे ते प्रेस लिखिआ सी। चलो ओ, मेरी गल सुनो, ओ ट्रैफिक बड़ी होती ना पंजाब दे विच, ते फिर ओ विचो विचो जी फिर लंघ जांदा ना बंदा, तां रखिआ होणा उहने। हुण अगली गल करदे जी जिहड़ी नकली सिक्के दी। हां नकली सिक्के इहदे बारे डिटेल दे विच खबर दस्सो, इह किद्दां होइआ? जदों इह सिक्के पहिलां शुरू शुरू सरकार ने बनाए सी ना जी, उदों इहनां सिक्कियां तों कुछ लोकां ने काढ कढ़नी पई, इहनां तों बलेड जिहड़े ओह 5-6 बलेड बन सकदे शिव करन वाले, ਤੇ ਦਰਬਾਰ ਸਾਹਿਬ ਚ ਵਪਾਰੀ ਆਉਂਦੇ ਸੀ ਸਿੱਕੇ 100 ਰੁਪਇਆ ਦੇ ਕੇ 70 ਵੀ ਲੈ ਜਾਂਦੇ ਸੀ, 80 ਵੀ ਲੈ ਜਾਂਦੇ ਸੀ, ਕਿਸੇ ਨੂੰ ਪਤਾ ਨਹੀਂ ਸੀ ਵੀ ਕੀ ਕਰਨਾ। ਉਹ ਕਹਿੰਦੇ ਸਾਡਾ ਵਪਾਰ ਆ ਜੀ, ਅਸੀਂ ਗਾਂ ਦਿੰਦੇ ਸਿੱਕੇ, ਇਹਨਾਂ ਨੂੰ ਕੋਈ ਗੱਲ ਨਹੀਂ, 10 ਪੈਸੇ ਕਰਾ ਲੈ। ਲੇਕਿਨ ਇਹ ਨਹੀਂ ਪਤਾ ਵੀ 1 ਰੁਪਏ ਜਾਂ 1.5 ਰੁਪਏ ਦਾ ਸਿੱਕਾ ਲੈ ਕੇ ਤੇ ਉਹ 10 ਰੁਪਏ ਕਮਾਉਂਦੇ ਸੀ, ਮਤਲਬ ਉਹਦੇ ਬਲੇਡ ਬਣਾ ਕੇ ਵੇਚਦੇ ਸੀ। ਮੁੜ ਕੇ ਜਦੋਂ ਇਹ ਰੌਲਾ ਪਿਆ ਪੀ ਗਿਆ, ਮੁੜ ਕੇ ਉਹਦਾ ਸਿੱਕਾ ਛੋਟਾ ਕਰਤਾ ਤੇ ਫਿਰ ਉਹ ਕਾਰੋਬਾਰ ਬੰਦ ਹੋਇਆ ਸੀ। ਹੁਣ ਕੀ ਹੋਇਆ, ਜਿਹੜੀ ਦਿੱਲੀ ਪੁਲਿਸ ਆ ਉਹਦਾ ਸਪੈਸ਼ਲ ਸੈੱਲ, ਉਹਨਾਂ ਹਰਿਆਣਾ ਦੇ ਚਰਖੀਦਾਰ ਦੀ ਇਨਫੋਰਮੇਸ਼ਨ ਮਿਲੀ ਇੱਕ, ਇਹ ਮੋਲਟਾ ਪਿੰਡ ਆ, ਉੱਥੇ ਛਾਪਾ ਮਾਰ ਕੇ ਇੱਕ ਗਰੋਹ ਫੜਾ ਕੀਤਾ ਜਿਹੜੇ ਬਕਾਇਦਾ ਤੌਰ ਤੇ ਸਿੱਕੇ ਬਣਾਉਂਦੇ ਸੀ। ਕੋਈ ਭਾਂਡਾ ਭਰ ਲੈਣਾ, ਉਹਨਾਂ ਨੂੰ ਸਿੱਕਿਆਂ ਤਬਦੀਲ ਕਰ ਦੇਣਾ, ਤੇ 10 ਲੱਖ ਰੁਪਏ ਦੀ ਕੀਮਤ ਦੇ 1 ਲੱਖ ਤੋਂ ਵੱਧ ਨਕਲੀ ਸਿੱਕੇ ਬਰਾਮਦ ਕੀਤੇ ਗਏ। ਤੇ ਪੁਲਿਸ ਨੇ ਇਹਨਾਂ ਦੇ ਵਿੱਚ 5 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਵਾ, ਤੇ ਉਹਨਾਂ ਦੇ ਕਬਜ਼ੇ ਵਿੱਚੋਂ ਇੱਕ ਪ੍ਰੈਸ਼ਰ ਮਸ਼ੀਨ, ਇਲੈਕਟ੍ਰਿਕ ਮੋਟਰ, ਡਾਈ, 212 ਕਿਲੋ ਡੇਸਕ ਜਾਂ ਟਿੱਕੀ ਜਿਹਨੂੰ ਟਿੱਕੀਆਂ ਬਣਾਈ ਸੀ, 70 ਕਿਲੋ ਅਧੂਰੇ ਬਣੇ ਸਿੱਕੇ, ਪੈਕਿੰਗ ਸਮੱਗਰੀ, ਪਾਲੀਥਨ ਬੈਗ ਤੇ ਸਿੱਖਿਆ ਦੇ ਪ੍ਰਤੀਕ ਉੱਤਰ ਦੇ ਅੱਖਰ ਉਹ ਸਮਾਨ ਬਰਾਮਦ ਕੀਤਾ। ਹੁਣ ਜੇ ਕਿਤੇ ਚਰਖੀ ਦਾਦਰੀ ਕੁਝ ਹੋਰ ਦਾ ਸਮਝਣ, ਕੁਛ ਕਹਿਣਗੇ ਇਹ ਮੁਸਲਮਾਨ ਹੋਣਗੇ, ਨਹੀਂ, ਇਹ ਨਰੇਸ਼ ਕੁਮਾਰ ਬਹਾਦਰਗੜ੍ਹ ਤੋਂ ਆ, ਸੰਤੋਸ਼ ਕੁਮਾਰ ਮੰਡਲ ਆ, ਧਰਮਿੰਦਰ ਕੁਮਾਰ ਸ਼ਰਮਾ ਵਾ, ਧਰਮਿੰਦਰ ਮਹਿਤੋ ਆ, ਅਤੇ ਸਰਵਨ ਕੁਮਾਰ ਸ਼ਰਮਾ ਵਾ, ਇਹ ਸਾਰੇ ਬਿਹਾਰ ਦੇ ਰਹਿਣ ਵਾਲੇ ਆ।
ਕਹਿੰਦੇ ਜੀ ਬਿਹਾਰ ਦੇ ਲੋਕ ਬਹੁਤੇ ਪੜ੍ਹੇ ਲਿਖੇ ਨੇ, ਉਹਨਾਂ ਨੂੰ ਪਤਾ ਪਤਾ ਨਹੀਂ ਆਹ ਦੇਖ ਲੋ ਤੁਹਾਡੇ ਸਾਹਮਣੇ। ਹੁਣ ਪੁਲਿਸ ਕਹਿੰਦੀ ਹੈ ਇਹਨਾਂ ਕੋਲ ਪੁੱਛ ਪੜਤਾਲ ਕਰ ਰਹੇ ਕਿ ਸਿੱਕੇ ਹੁਣ ਤੱਕ ਤੁਸੀਂ ਮਾਰਚ ਲਈ ਕਿੱਥੇ ਕਿੱਥੇ ਤੇ ਕਿੰਨੇ ਦੇ ਚੁੱਕੇ। ਅੱਗੇ ਅਸੀਂ ਕਹਿੰਦੇ ਅਸੀਂ ਜਿਹੜੇ ਨੋਟ ਆ ਜੀ ਉਹ ਨੇਪਾਲ ਤੋਂ ਆ ਗਏ ਜੀ, ਉਹ ਪਾਕਿਸਤਾਨ ਤੋਂ ਆ ਗਏ ਜੀ, ਨਕਲੀ ਨੋਟ ਆ ਗਏ ਜੀ, ਬੰਗਲਾਦੇਸ਼ ਤੋਂ ਆ ਗਏ ਜੀ, ਸਮਗਲ ਹੋ ਕੇ ਆ ਗਏ ਜੀ। ਤੇ ਹੁਣ ਮਸ਼ੀਨਾਂ ਫੜਨ ਦੀ ਮੇਰੇ ਖਿਆਲ ਸ਼ਾਇਦ ਪਹਿਲੀ ਖ਼ਬਰ ਹੋ ਗਈ, ਮਸ਼ੀਨਾਂ ਨਾਲ ਫੜੀਆਂ ਬਣੀਆਂ ਸਿੱਕੇ ਬਣਾਉਣ ਦੀ। ਇਹ ਨਵੀਂ ਘਟਨਾ ਵਾ। ਹੁਣ ਵੇਖੋ ਇਨਵੈਸਟੀਗੇਸ਼ਨ ਕੀ ਹੋਇਆ, ਹੋ ਸਕਦਾ ਪੋਸੀਬਿਲਿਟੀ ਵੀ ਨੋਟਾਂ ਦੀ ਵੀ ਕੋਈ ਨਾ ਕੋਈ ਉਹ ਬਰਾਮਦਗੀ ਹੋ ਜਾਏ ਕੋਲ। ਇੱਕ ਮੰਦਭਾਗੀ ਗੱਲ ਆ ਕਿ ਭਾਈ ਜੇ ਕੰਮ ਹੀ ਕਰਨਾ ਤੇ ਹੋਰ ਕੰਮ ਬਥੇਰੇ ਕਰ ਲਓ, ਕਾਹਨੂੰ ਤੁਸੀਂ ਦੇਸ਼ ਲਈ ਅੜਕਮ ਕਰਦੇ। ਕੁਮਾਰ ਵਿਸ਼ਵਾਸ ਜੀ ਦਾ ਕੀ ਹਾਲ ਚਾਲ, ਪੰਜਾਬ ਹਾਈ ਕੋਰਟ ਪਹੁੰਚੇ? ਵੇਖੋ ਜੀ ਕੁਮਾਰ ਵਿਸ਼ਵਾਸ ਜੀ ਜਿਹੜੇ ਬਕਾਇਦਾ ਤੌਰ ਤੇ ਉਹਦਾ ਪੇਸ਼ ਹੋਣਾ ਸੀ ਅੱਜ ਪੁਲਿਸ ਕੋਲ, ਰੋਪੜ ਪੁਲਿਸ ਕੋਲ, ਉਹ ਪੁਲਿਸ ਕੋਲ ਨਹੀਂ ਆਏ। ਪੁਲਿਸ ਨੇ ਬਕਾਇਦਾ ਤੌਰ ਤੇ ਗਾਜ਼ੀਆਬਾਦ ਵੇਖੀ ਇਹਨਾਂ ਦੇ ਘਰ, ਨੋਟਿਸ ਦੇਣ ਵਾਸਤੇ ਮੰਗਾਈ, ਪੁਲਿਸ ਤੇ ਗਏ ਸੀ ਗ੍ਰਿਫਤਾਰ ਕਰਨ ਵਾਸਤੇ। ਲੇਕਿਨ ਜਦੋਂ ਉਹਨਾਂ ਨੂੰ ਪਤਾ ਵੀ ਪੰਜਾਬ ਪੁਲਿਸ ਆਈ, ਉਹਨਾਂ ਉਸੇ ਇਮੀਡੀਏਟਲੀ ਬਕਾਇਦਾ ਤੌਰ ਤੇ ਯੂਪੀ ਪੁਲਿਸ ਬਣਾ ਲਈ, ਜਿਹਨੇ ਟੂਟੀ ਬੋਲੀ। ਯੂਪੀ ਪੁਲਿਸ ਨੇ ਦੱਸੋ ਕਿੱਧਰ ਆਏ ਜੀ? ਨਹੀਂ ਜੀ ਅਸੀਂ ਨੋਟਿਸ ਸਰਵ ਕਰਨਾ ਜੀ, ਕਰੋ ਜੀ। ਇਹਨਾਂ ਨੋਟਿਸ ਦਿੱਤਾ ਤੇ ਕਹਿਤਾ ਕਿ 26 ਅਪ੍ਰੈਲ ਨੂੰ ਅੱਗੇ ਤੁਹਾਡੇ ਖਿਲਾਫ਼ ਇੱਕ ਮੁਕੱਦਮਾ ਦਰਜ ਕੀਤਾ ਗਿਆ ਵਾ ਦੇਸ਼ ਧਰੋਹ ਦਾ, ਤੁਸੀਂ ਕੇਜਰੀਵਾਲ ਨੂੰ ਕਿਹਾ ਖਾਲਿਸਤਾਨੀ। ਕਹਿੰਦੇ ਠੀਕ ਹੈ ਜੀ ਕੋਈ ਗੱਲ ਨੀ, ਆ ਜਾਂਗੇ। ਉਦੋਂ ਬਾਅਦ ਇਹ ਗਏ ਅਲਕਾ ਲਾਂਬਾ ਕੋਲ। ਅਲਕਾ ਲਾਂਬਾ ਪਹਿਲਾਂ ਜਿਹੜੀ ਆਮ ਆਦਮੀ ਪਾਰਟੀ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਗਈ ਸੀ, MLA ਬਣ ਗਈ, ਕੇਜਰੀ ਸਾਹਿਬ ਨਾਲ ਨਹੀਂ ਬਸ ਮਰਾ ਮਿੱਚਿਆ, ਮੁੜ ਕੇ ਵਾਪਸ ਕਾਂਗਰਸ ਚਲੀ। ਉਹਨੂੰ ਇੱਕ ਨੋਟਿਸ ਦਿੱਤਾ ਵੀ ਤੂੰ ਵੀ ਟਿੱਪਣੀਆਂ ਕੀਤੀਆਂ ਕੇਜਰੀਵਾਲ ਦੇ ਖਿਲਾਫ, ਤੇਰੇ ਖਿਲਾਫ਼ ਮੁਕੱਦਮਾ ਦਰਜ ਹੈ। ਉਹਨੂੰ ਵੀ ਕਹਿਤਾ 26 ਨੂੰ ਆ ਕੇ ਪੇਸ਼ ਹੋਈ, ਉਹਨੇ ਨੋਟਿਸ ਲੈ ਲਿਆ। ਹੁਣ 26 ਨੂੰ ਅੱਜ ਕੁਮਾਰ ਵਿਸ਼ਵਾਸ ਜਿਹੜੇ ਆ ਉਹ ਕੋਰਟ ਚ ਪੇਸ਼ ਨਹੀਂ ਹੋਏ, ਹਾਈ ਕੋਰਟ ਚ ਪੇਸ਼ ਹੋ ਗਏ ਨੇ। ਜਾ ਹਾਈ ਕੋਰਟ ਨੂੰ ਜਾ ਕੇ ਕਹਿਤਾ ਵੀ ਮੇਰੇ ਖਿਲਾਫ਼ ਝੂਠਾ ਮੁਕੱਦਮਾ ਦਰਜ ਕੀਤਾ ਪੁਲਿਸ ਨੇ, ਇਹ ਮੇਰੀ FIR ਪੇਸ਼ ਕੀਤੀ ਜਾਵੇ, ਇਹ ਰੱਦ ਕੀਤੀ ਹੋਈ ਮੁਕੱਦਮਾ। ਜਿਹੜੀ ਅਲਕਾ ਲਾਂਬਾ ਵਾ ਉਹਨੇ ਆਪਣੇ ਟਵਿੱਟਰ ਤੇ ਪਾਇਆ ਵੀ ਮੈਂ ਪੰਜਾਬ ਦੇ ਵਿੱਚ ਆ ਗਈ, ਮੈਂ 26 ਨੂੰ ਨਹੀਂ ਮੈਂ 27 ਨੂੰ ਜਾ ਕੇ ਪੁਲਿਸ ਕੋਲ ਪੇਸ਼ ਹੋ ਕੇ ਆਪਣੇ ਬਿਆਨ ਕਲਮਬੰਦ ਕਰਾਉ। ਤੇ ਨਾਲ ਉਹਦੇ ਨੇੜਲੇ ਸੂਤਰਾਂ ਪਤਾ ਲੱਗਾ ਵੀ ਕੱਲ ਉਹ ਵੀ ਹਾਈਕੋਰਟ ਦੇ ਵਿੱਚ ਇੱਕ ਅਰਜੀ ਦੇਵੇਗੇ ਵੀ ਮੇਰੇ ਖਿਲਾਫ਼ ਝੂਠਾ ਮੁਕੱਦਮਾ ਦਰਜ ਕੀਤਾ, ਇਹਨੂੰ ਰੱਦ ਕੀਤਾ। ਇਹ ਛੋਟੀਆਂ ਛੋਟੀਆਂ ਗੱਲਾਂ ਚੱਲਦਾ ਸਰ ਜੀ। ਸਰਦਾਰ ਪ੍ਰਕਾਸ਼ ਸਿੰਘ ਬਾਦਲ 1997 ਚ ਭੱਠਲ ਮੁੱਖ ਮੰਤਰੀ ਹੁੰਦੇ ਸੀ, ਇਲੈਕਸ਼ਨ ਆ ਗਈ, ਅੰਮ੍ਰਿਤਸਰ ਦੇ ਟਾਊਨ ਹਾਲ ਵਿੱਚ ਸਰਦਾਰ ਪ੍ਰਕਾਸ਼ ਜੀ ਲਈ ਸ਼ਬਦ ਕਹੇ ਸੀ, ਬੀਬੀ ਉੱਤੇ ਬਕਾਇਆ ਤੌਰ ਤੇ ਕੇਸ ਕਰ ਸਕਦੀ ਸੀ ਲੇਕਿਨ ਨਹੀਂ ਕੀਤਾ। ਉਹਨੇ ਕੀ ਕਿਹਾ? ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਵੀ ਸਾਡੀ ਸਰਕਾਰ ਬਣੇਗੀ, ਅਸੀਂ ਤੁਹਾਨੂੰ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਾਲਾ ਆਦਰਸ਼ ਰਾਜ ਦਿਆਂਗੇ, ਜਿਹਦੇ ਰਾਜ ਚ ਕਹਿੰਦੇ ਆ ਵੀ ਸੋਨੇ ਦਾ ਕੈਂਠਾ ਕੁੱਤੇ ਦੇ ਗੱਲ ਪਾ ਦਿਓ, ਸਾਰਾ ਸ਼ਹਿਰ ਘੁੰਮ ਕੇ ਜੀ ਕੋਈ ਕੈਂਠਾ ਨਹੀਂ ਛਾਉਂਦਾ। ਤੇ ਕਹਿੰਦਾ ਇੱਥੇ ਤੁਸੀਂ ਜੇ ਸੋਨੇ ਦਾ ਕੈਂਠਾ ਪਾ ਕੇ, ਸੁਣਿਆ ਸੀ ਤੁਸੀਂ ਲੋਹੇ ਦਾ ਕੈਂਠਾ ਪਾ ਕੇ ਤੋਰਦੇ ਕੁੱਤੇ ਦੀ ਗੱਲ, ਤੇ ਬੀਬੀ ਭੱਠਲ ਨੇ ਲਾ ਲੈਣਾ, ਇਹ ਸ਼ਬਦ ਵਰਤੇ ਸੀ ਬੀਬੀ ਜਾਸੂ ਦੀ ਡੈਫੋਮੇਸ਼ਨ ਲੈ ਕੇ, ਲੇਕਿਨ ਬੀਬੀ ਗਈ ਨੀ। ਦੂਜਾ ਲਫ਼ਜ਼ ਬੋਲਿਆ ਸੀ ਕਿ ਵਾਰਾ ਗਾਂ ਭੱਜੀ ਫਿਰਦੀ, ਇਹ ਲਫ਼ਜ਼ ਡੈਰੋਗੇਟਰੀ ਲਫ਼ਜ਼ ਸੀ, ਨਹੀਂ ਵਰਤਣੇ ਚਾਹੀਦੇ। ਲੇਕਿਨ ਕੁਮਾਰ ਵਿਸ਼ਵਾਸ ਜੀ ਨੇ ਕਿਹਾ ਹੀ ਕੁਛ ਨੀ, ਖਾਲਿਸਤਾਨ ਸਾਰੀ ਦੁਨੀਆਂ ਮੰਗ ਰਹੀ, ਉਹਨੇ ਇੰਨੀ ਗੱਲ ਕਹੀ ਕਿ ਮੈਨੂੰ ਕੇਜਰੀਵਾਲ ਨੇ ਕਿਹਾ ਸੀ ਮੈਂ ਪ੍ਰਧਾਨ ਮੰਤਰੀ ਬਣਨਾ ਭਾਵੇਂ ਖਾਲਿਸਤਾਨ ਦਾ ਕਿਉਂ ਨਾ ਬਣਾ। ਇਹਦੇ ਚ ਕੋਈ ਆਪੱਤੀ ਵਾਲੀ ਗੱਲ ਕੋਈ ਨੀ ਹੈ ਜੀ, ਮੁਕੱਦਮਾ ਦਰਜ ਹੋ ਗਿਆ ਕੋਈ ਗੱਲ ਨੀ, ਸਰਕਾਰਾਂ ਜਦੋਂ ਆਉਂਦੀਆਂ ਪਤਾ ਸੀ ਦਿੱਲੀ ਚ ਮੁਕੱਦਮਾ ਦਰਜ ਹੋਣਾ ਨੀ ਕਿ ਉੱਥੇ ਪੁਲਿਸ ਜਿਹੜੀ ਆ ਉਹ ਬਕਾਇਦਾ ਤੌਰ ਤੇ ਕੇਂਦਰ ਕੋਲੇ ਆ, ਉੱਥੋਂ ਦੀ ਵਿਜੀਲੈਂਸ ਪੁਲਿਸ ਜਿਹੜੀ ਸਟੇਟ ਕੋਲੇ ਸੀ, ਵਿਜੀਲੈਂਸ ਨੂੰ ਕਾਰਵਾਈ ਕਰ ਸਕਦੇ ਸੀ, ਲੇਕਿਨ ਉਹ ਵੀ ਪਿਛਲੇ ਸਮੇਂ ਚ ਉਹਨਾਂ ਵਿਜੀਲੈਂਸ ਪੁਲਿਸ ਜਿਹੜੀ ਆ ਉਹ ਸੈਂਟਰ ਨੇ ਕਰ ਦਿੱਤੀ ਸੀ, ਇਹਨਾਂ ਕੋਲ ਕੁਛ ਨੀ ਸੀ। ਇਸ ਕਰਕੇ ਮੁਕੱਦਮਾ ਇੱਥੇ ਦਰਜ ਕੀਤਾ ਉਹ ਹਾਈਕੋਰਟ ਚਲੇ ਗਏ, ਕੱਲ੍ਹ ਨੂੰ ਬੀਬੀ ਇੱਥੇ ਆਉਂਦੀ ਕਿ ਨਹੀਂ ਆਉਂਦੀ ਉਹ ਵੀ ਹਾਈਕੋਰਟ ਚਲ ਜਾਊਗੀ, ਲੇਕਿਨ ਇਹ ਪ੍ਰੋਟੈਕਟ ਸੰਭਾਲੀ ਗਈ, ਨਹੀਂ ਕਰਨਾ ਚਾਹੀਦਾ ਜੀ। ਪੱਟੀ ਸਾਹਿਬ ਆਓ ਫਿਰ ਅਗਲੀ ਗੱਲਬਾਤ ਪੇਸ਼ ਕਰੀਏ ਜੀ, ਤੁਸੀਂ ਵੀ ਕਰ ਸਕਦੇ ਹੋ ਜੀ 905-813-1320, 905-813-1320।
ਸਕੈਨਰਸ ਜਾਂ ਜਿਹੜੇ ਉਹ ਕਹਿੰਦੇ ਆ ਜਦੋਂ ਆਪਾਂ ਏਅਰਪੋਰਟ ਦੇ ਵਿੱਚ ਜਾਂਦੇ ਆ ਜਦੋਂ ਸਿਕਿਉਰਿਟੀ ਚੈੱਕ ਹੁੰਦੀ ਆ ਦਰਬਾਰ ਸਾਹਿਬ ਦੇ ਵਿੱਚ ਇੰਸਟਾਲ ਕੀਤੇ ਜਾ ਰਹੇ ਨੇ ਇਹ ਕਾਫੀ ਅਜੀਬੋ ਗਰੀਬ ਗੱਲਬਾਤ ਹੈ ਜੀ ਕਿਉਂ ਸਕੈਨਰਸ ਦੀ ਕੀ ਲੋੜ ਹੈ ਜੀ ਗੇਟਾਂ ਦੇ ਉੱਤੇ 84 ਤੋਂ ਬਾਅਦ ਬਕਾਇਦਾ ਤੌਰ ਤੇ ਕਈ ਸਾਲ ਦਰਬਾਰ ਸਾਹਿਬ ਐਂਟਰ ਕਰਨ ਲੱਗਿਆ ਤੁਹਾਨੂੰ ਡਿਟੈਕਟਿਵ ਮਸ਼ੀਨ ਲੈਣਾ ਪੈਂਦਾ ਸੀ ਤੇ ਤਲਾਸ਼ੀ ਵੀ ਹੁੰਦੀ ਸੀ ਬਕਾਇਦਾ ਤੌਰ ਪਟੀ ਸਾਹਿਬ ਕਾਲ ਲੈ ਲਈ ਆਪਾਂ ਫਿਰ ਇਹਦੇ ਬਾਰੇ ਡਿਟੇਲ ਦੇ ਵਿੱਚ ਗੱਲ ਕਰੀਏ ਬਿਲਕੁਲ ਬਿਲਕੁਲ ਚਲੋ ਕਾਲ ਲੈ ਰਹੇ ਨੇ ਫਿਰ ਆਪਾਂ ਇਸ ਬਾਰੇ ਡੀਜ਼ਲ ਦੀ ਗੱਲ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਪਹਿਲਾਂ ਸੁਮੇਸ਼ ਸਿੰਘ ਸੈਣੀ ਦਾ ਜਿਹੜਾ ਹੋਇਆ ਮੈਂ ਕਹਿੰਦੀ ਉਹਨੂੰ ਜੇਲ੍ਹ ਕਰਨ ਚੰਗੀ ਤਰ੍ਹਾਂ ਮਿਸਿਸ ਗੋਸਲ ਪਲੀਜ਼ ਹੈਲੋ ਜੀ ਮਿਸਿਸ ਗੋਸਲ ਪਲੀਜ਼ ਥੋੜਾ ਜਿਹਾ ਭਾਵਨਾਵਾਂ ਨੂੰ ਕੰਟਰੋਲ ਹਾਂਜੀ ਕੋਈ ਨਹੀਂ ਕੋਈ ਨਹੀਂ ਪਲੀਜ਼ ਤੁਸੀਂ ਔਨ ਦੀ 에ਅਰ ਹੋ ਜੀ ਪਲੀਜ਼ ਰਿਸਪੈਕਟ ਕਰ ਰੱਖੋ ਹਾਂਜੀ ਓਕੇ ਮਾਫ ਕਰਨਾ ਮਾਫ ਕਰਨਾ ਜੀ ਮੈਂ ਤੈਨੂੰ ਅਰਸ਼ ਜਿਹੜਾ ਦੇ ਸੀ ਨਾ ਲੈ ਸੀ ਮੈਨੂੰ ਉਹਦਾ ਵੀ ਦੱਸ ਮੈਂ ਤੇਰੇ ਕੋਲ ਲਿਆ ਮਿਸਿਸ ਗੋਸਲ ਤੁਹਾਨੂੰ ਪਤਾ ਨਾ ਇਸ ਵੇਲੇ ਸ਼ੋਅ ਚੱਲਦਾ ਪਿਆ ਹੈ ਤੁਸੀਂ ਮੈਨੂੰ ਆਫ ਆਫ ਦੇ 에ਅਰ ਕਾਲ ਕਰ ਲਿਆ ਕਰੋ ਪਲੀਜ਼ ਐਨੀਵੇਜ਼ ਹਾਂਜੀ ਪਟੀ ਸਾਹਿਬ ਪਲੀਜ਼ ਕੰਟੀਨਿਊ ਹਾਂਜੀ ਜਿਹੜੀ ਦਰਬਾਰ ਸਾਹਿਬ ਦੀ ਗੱਲ ਤੁਸੀਂ ਕੀਤੀ ਮੈਂ ਤੁਹਾਨੂੰ ਦੱਸਿਆ ਕਿ 1984 ਦੇ ਸਾਕਾ ਨੀਲਾ ਤੋਂ ਬਾਅਦ ਜਦੋਂ ਦਰਬਾਰ ਸਾਹਿਬ ਖੁੱਲਿਆ ਸੀ ਉਸ ਤੋਂ ਬਾਅਦ ਮੈਟਲ ਡਿਟੈਕਟਰ ਮਸ਼ੀਨਾਂ ਲੱਗੀਆਂ ਹੁੰਦੀਆਂ ਸੀ ਪੁਲਿਸ ਖੜੀ ਹੁੰਦੀ ਸੀ ਹਰ ਇੱਕ ਬੰਦੇ ਨੂੰ ਐਂਟਰ ਕਰਨ ਲੱਗਿਆ ਉਹਦੇ ਵਿੱਚ ਲੰਘਣਾ ਪੈਂਦਾ ਸੀ ਤੇ ਫਿਰ ਵੀ ਚੈਕਿੰਗ ਨਾਲ ਮਸ਼ੀਨਾਂ ਕੀਤੀ ਜਾਂਦੀ ਸੀ ਉਹਨਾਂ ਦੀ ਲੇਕਿਨ ਉਸ ਤੋਂ ਬਾਅਦ ਸੀ ਜੀ ਸਿਰਫ ਸਮਾਂ ਬਦਲਿਆ ਉਹ ਮੈਟਲ ਡਿਟੈਕਟਰ ਮਸ਼ੀਨਾਂ ਚੁੱਕ ਦਿੱਤੀ ਹੁਣ ਪਿਛਲੇ ਸਮੇਂ ਜਿਹੜੀ ਇੱਕ ਘਟਨਾਵਾਂ ਹੋਈਆਂ ਨੇ ਇੱਕ ਬੀਬੀ ਬੀੜੀ ਪੀ ਰਹੀ ਸੀ ਇੱਕ ਤੰਬਾਕੂ ਖਾ ਰਿਹਾ ਸੀ ਉਹ ਘਟਨਾਵਾਂ ਆਉਣ ਤੋਂ ਬਾਅਦ ਜਿਹੜੀ ਹੋਣ ਤੋਂ ਬਾਅਦ ਜਿਹੜਾ ਵਾ ਉਦੋਂ ਇਹ ਕਹਿੰਦੇ ਸਕੈਨਰ ਲਾਵਾਂਗੇ ਸਕੈਨਰ ਲਾਉਣ ਦਾ ਮਤਲਬ ਜਦੋਂ ਲੰਘੂਗੀ ਸੰਗਤ ਲੰਘੂਗੀ ਪਤਾ ਲੱਗ ਜੂ ਵੀ ਕਿਸੇ ਕੋਲ ਕੋਈ ਇਤਰਾਜ ਜੋ ਕੋਈ ਚੀਜ਼ ਨਹੀਂ ਹੈਗੀ ਕਿਸੇ ਕੋਲ ਹਥਿਆਰ ਨਹੀਂ ਕੀ ਹੋਗਿਆ ਕੋਈ ਤੰਬਾਕੂ ਦੇ ਲੈ ਕੇ ਜਾ ਰਹੇ ਜੇ ਲਾ ਕੇ ਰਿਹਾ ਤੇ ਮੈਂ ਇਹ ਵੀ ਦੱਸ ਗਿਆ ਮੈਨੂੰ ਇੱਕ ਮੈਨੇਜਰ ਨੇ ਗੱਲ ਸੁਣਾਈ ਕਹਿੰਦਾ ਉਦੋਂ ਮੇਰੀ ਡਿਊਟੀ ਹੁੰਦੀ ਸੀ ਸਿੱਖ ਅਜਾਇਬ ਘਰ ਦੇ ਵਿੱਚ ਤੇ ਇੱਕ ਬੱਚਾ ਉਹਨਾਂ ਚੁੱਕਿਆ ਤੇ ਬੂਟ ਉਹਨੇ ਪਾਏ ਸੀ ਪੈਰੀ ਤੇ ਅਸੀਂ ਉਹਨਾਂ ਨੂੰ ਕਿਹਾ ਵੀ ਬੀਬੀ ਜੀ ਇਹ ਬੂਟ ਲਾ ਉਹ ਬੱਚਾ ਵਾ ਤੁਸੀਂ ਫਿਰ ਕੀ ਬੱਚਾ ਤੇ ਕਈ ਲੋਕ ਇਤਰਾਜ਼ ਕਰਨੇ ਜੀ ਦੇਖੋ ਜੀ ਬੱਚਾ ਪਾਈ ਨਹੀਂ ਸਕਦਾ ਤੁਸੀਂ ਆਪਣੇ ਜੋੜੇ ਜਮਾ ਕਰ ਉੱਥੇ ਲੱਗ ਜਾਓ ਜਮਾ ਕਰਾ ਦੇ ਕੋਈ ਗੱਲ ਨਹੀਂ ਤੇ ਉਹ ਬੀਬੀ ਕਹਿੰਦੀ ਸਾਡਾ ਤੇ ਬਾਪੂ ਪੂਰਾ ਹੋ ਗਿਆ ਸੀ ਉਹਦੀ ਜੁੱਤੀ ਦਰਬਾਰ ਸਾਹਿਬ ਚ ਨਹੀਂ ਤੇ ਝੋਲੇ ਚ ਪਾਏ ਮਾਰ ਲਿਆ ਕਿਆ ਬਾਤ ਉਹਨਾਂ ਨੂੰ ਇਹ ਨਹੀਂ ਪਤਾ ਵੀ ਜੁੱਤੀ ਅੰਦਰ ਨਹੀਂ ਖੜ ਸਕਦੇ ਤੁਸੀਂ ਜੇ ਦੇਣੀ ਹੈ ਤਾਂ ਬਾਹਰ ਕਿਸੇ ਨੂੰ ਦੇ ਦਿਓ ਪਿੱਛੇ ਉੱਥੇ ਬਿਠਾ ਜਿਹੜਾ ਮੰਗਤਾ ਮਤਲਬ ਪਰ ਲੋਕਾਂ ਨੂੰ ਕਿਸੇ ਦਾ ਨਹੀਂ ਪਤਾ ਹੁੰਦਾ ਇਸ ਕਰਕੇ ਲੋਕ ਲੈ ਜਾਂਦੇ ਨੇ ਹੁਣ ਜਿਹੜੀ ਉੱਧਰ ਬੀਬੀ ਦੀ ਮਾਰਕਫਾਈ ਕੀਤੀ ਭਾਵੇਂ ਵੀਡੀਓ ਨੇ ਇੱਕ ਸੂਟ ਲਾਇਆ ਦੋ ਲਾਇਆ ਜੋ ਉਹਨੇ ਬੰਦ ਕਰ ਦੇਵੇ ਜੋ ਮਾਰਕਫਾਈ ਕੀਤੀ ਉਹ ਮਾੜੀ ਗੱਲ ਜੇ ਕੋਈ ਬਾਹਰੋਂ ਆਇਆ ਨਹੀਂ ਪਤਾ ਸਮਝਾਓ ਦੱਸਣਾ ਸਾਡਾ ਫਰਜ਼ ਬਣਦਾ ਉਹਨੂੰ ਵੀ ਭਾਈ ਇਹ ਗਲਤ ਹੈ ਚਲੋ ਬਾਹਰ ਜਾ ਕੇ ਗੱਲ ਨਹੀਂ ਕਰਨੀ ਸੇਵਾਦਾਰ ਕੁਛ ਨਹੀਂ ਕਿਹਾ ਉਹਨੂੰ ਉੱਥੇ ਲਗਾਉਣ ਤੁਰੇ ਫਿਰਦੇ ਇਹੋ ਜਿਹੇ ਤੇ ਅਸੀਂ ਆਪਣੇ ਨੰਬਰ ਬਣਾ ਲਈਏ ਉਹਨਾਂ ਕੁੱਟਮਾਰ ਕੀਤੀ ਸੀ ਉਦੋਂ ਬਾਅਦ ਥੋੜ੍ਹਾ ਜਿਹਾ ਸੋਚਿਆ ਵੀ ਹੌਲੀ ਕੀ ਸ਼ਿਕਾਇਤਾਂ ਦਾ ਜਾਣੀਆਂ ਲੋਕ ਇੱਦਾਂ ਲੈ ਜਾਂਦੇ ਆ ਇਹਨਾਂ ਨੂੰ ਜਿਹੜਾ ਵਾ ਉਹ ਸਕੈਨਰ ਲਾ ਦਿਓ ਹੁਣ ਸਕੈਨਰ ਲਾ ਕੇ ਕਿੰਨੇ ਕੁ ਕਾਬਜੇ ਹੁੰਦੇ ਕਦੋਂ ਲੱਗਦੇ ਪਤਾ ਕੋਈ ਨਹੀਂ ਇਹ ਕਹਿੰਦੇ ਕੁਛ ਨੇ ਕਰਦੇ ਕੁਛ ਹੁੰਦੇ ਆ ਜਥੇਦਾਰ ਅਕਾਲ ਤਖ਼ਤ ਨੇ ਕਿਹਾ ਸੀ ਯੂਟਿਊਬ ਚੈਨਲ ਇੱਕ ਹਫ਼ਤੇ ਸ਼ੁਰੂ ਕੀਤਾ ਜਾਵੇ ਤਿੰਨ ਹਫ਼ਤੇ ਬੀਤ ਗਏ ਅਜੇ ਤੱਕ ਕੋਈ ਚੈਨਲ ਸ਼ੁਰੂ ਨਹੀਂ ਕੀਤਾ ਗਿਆ ਅੱਜ ਬਕਾਇਦਾ ਤੌਰ ਤੇ ਐਗਜ਼ੈਕਟਿਵ ਦੀ ਮੀਟਿੰਗ ਸੀ ਉਹਦੇ ਵਿੱਚ ਕਿਹਾ ਗਿਆ ਬਾਬਾ ਗੁਰਪ੍ਰੀਤ ਸਿੰਘ ਐਗਜ਼ੈਕਟਿਵ ਮੈਂਬਰ ਨੇ ਐਸੀ ਪਿੱਛੇ ਨਾਲ ਇੰਨੀ ਗੱਲ ਕਹੀ ਵੀ ਦੱਸੋ ਕਿਉਂ ਨਹੀਂ ਸ਼ੁਰੂ ਕੀਤਾ ਗਿਆ ਕੀ ਪੀਟੀਸੀ ਲੱਗੇ ਇਲਜ਼ਾਮ ਖਤਮ ਹੋ ਗਏ ਨੇ ਜੇ ਤੁਹਾਨੂੰ ਜਥੇਦਾਰ ਨੇ ਕਿਹਾ ਜਿਸ ਦੇ ਹੁਕਮ ਨਹੀਂ ਮੰਨਦੇ ਤੁਸੀਂ ਤਿੰਨ ਹਫ਼ਤੇ ਹੋ ਗਏ ਕੋਈ ਜਵਾਬ ਨਹੀਂ ਨਿਕਲੇਗਾ ਫਿਰ ਉਹਨੇ ਇਹ ਵੀ ਗੱਲ ਕਹੀ ਪ੍ਰਚਾਰ ਮੁਹਿੰਮ ਦੀ ਗੱਲ ਕਰਦੇ ਹੋ 14 ਸਾਲ ਤੁਸੀਂ ਕਾਬਜ਼ੇ ਦਿੱਲੀ ਚ ਰਹੇ ਹੋ ਦਿੱਲੀ ਕਮੇਟੀ ਤੇ ਅੱਜ ਤੁਹਾਡਾ ਕਬਜ਼ਾ ਟੁੱਟ ਗਿਆ ਤੇ ਤੁਸੀਂ ਪ੍ਰਧਾਨ ਸਾਹਿਬ ਜਾ ਕੇ ਉੱਥੇ ਇੱਕ ਮਿਸ਼ਨ ਚਲਾ ਰਹੇ ਹੋ ਪ੍ਰਚਾਰ ਮਿਸ਼ਨ ਚਲਾ ਰਹੇ ਹੋ ਅੱਜ ਦਿੱਲੀ ਕਮੇਟੀ ਕੋਲ ਕੁਛ ਨਹੀਂ ਕਰ ਰਹੇ ਹੋ ਜੇ ਨਹੀਂ ਕਰ ਰਹੀ ਜੇ ਕੋਈ ਨਲੈਕੀ ਕੀਤੀ ਹੈ 14 ਸਾਲ ਤੁਸੀਂ ਕਿੱਥੇ ਰਹੇ ਹੋ ਉੱਥੇ ਅੱਜ ਪ੍ਰਚਾਰ ਦੀ ਲੋੜ ਪੈ ਗਈ ਹੈ ਇਹ ਪ੍ਰਚਾਰ ਮੱਧ ਪ੍ਰਦੇਸ਼ ਚ ਹੋ ਰਿਹਾ ਵਾ ਰਾਜਸਥਾਨ ਚ ਹੋ ਰਿਹਾ ਵਾ ਯੂਪੀ ਚ ਹੋ ਰਿਹਾ ਕਿ ਨਹੀਂ ਹੋ ਰਿਹਾ ਜੇ ਨਹੀਂ ਹੋ ਰਿਹਾ ਤੇ ਫਿਰ ਕਿਸੇ ਇੱਕ ਧਿਰ ਨੂੰ ਫਾਇਦਾ ਪਾਉਣ ਵਾਸਤੇ ਗੁਰੂ ਦੀ ਗੋਲਕ ਦਾ ਖਰਚ ਨਾ ਕਰੋ ਸਰਹੱਦੀ ਖੇਤਰ ਜਿੱਥੇ ਸ਼੍ਰੋਮਣੀ ਕਮੇਟੀ ਦਾ ਆਪਣਾ ਮੁੱਖ ਦਫ਼ਤਰ ਸਰਹੱਦੀ ਖੇਤਰ ਦੇ ਵਿੱਚ ਬੜੀ ਵੱਡੀ ਗਿਣਤੀ ਸਿੱਖ ਜਿਹੜੇ ਗਰੀਬ ਸਿੱਖ ਦੇ ਉਹ ਅਸਾਈ ਬਣ ਰਹੇ ਨੇ ਬਣਾਇਆ ਜਾ ਰਿਹਾ ਵਾ ਅੱਖਾਂ ਖੋਲੋ ਜੇ ਸ਼ੁਰੂ ਪ੍ਰਚਾਰ ਦੀ ਕਰਨੀ ਤੇ ਇੱਥੋਂ ਕਰੋ ਅਗਲੀ ਗੱਲ ਉਹਨਾਂ ਕੀ ਕੀਤੀ ਉਹਨਾਂ ਇੰਨੀ ਗੱਲ ਕਿ 328 ਸਰੂਪ ਨੇ
ਜਿਹੜਾ ਕਵਲਜੀਤ ਸਿੰਘ ਆ ਉਹ ਰੋ ਰੋ ਕੇ ਆਪਣੇ ਟੀਵੀ ਨੂੰ ਦੱਸਿਆ ਵੀ ਮੈਂ ਕਿੰਨਾ ਕਸੂਰ ਵਾਂ ਤੇ ਬਾਕੀ ਕਿਹੜੇ ਕਸੂਰ ਵਾਂ। ਤੁਸੀਂ ਆਪਣੇ ਬੰਦੇ ਚੁੱਪ ਚੁਪੀਤੇ ਰਿਟਾਇਰ ਕਰੀ ਜਾਂਦੇ ਹੋ, ਘਰ ਨੂੰ ਭੇਜੀ ਜਾਂਦੇ ਹੋ, ਕਿਉਂ ਨੀ ਤੁਸੀਂ ਜਿਹੜੇ ਸਾਬਕਾ ਕੋਈ ਪੁਲਿਸ ਅਫਸਰ ਸਾਡੇ ਹੈਗੇ ਇਮਾਨਦਾਰ ਹੈਗੇ ਨਿਰਪੱਖ ਇੱਕ ਜਾਂਚ ਕਰਾ ਕੇ ਇਹਨਾਂ ਦੇ ਪਰਚੇ ਦਿਓ ਜਿਹਨੇ ਗਲਤੀ ਕੀਤੀ, ਕਿਉਂ ਨੀ ਕਰ ਰਹੇ ਤੁਸੀਂ? ਕੋਈ ਜਵਾਬ ਨੀ ਉਹਨਾਂ ਕੋਲ ਹੈਗਾ। ਫਿਰ ਉਹਨਾਂ ਇੰਨੀ ਗੱਲ ਕਹੀ ਵੀ ਜਿਹੜੀ ਤੁਸੀਂ ਬਣਾਇਆ ਸਿੱਖ ਰੈਫਰੈਂਸ ਲਾਇਬ੍ਰੇਰੀ ਆ ਉਹਦੇ ਵਿੱਚ ਤੁਹਾਡੇ ਕੋਲ ਸਰਕਾਰ ਨੇ ਰਿਕਾਰਡ ਮੰਗਿਆ ਕਿ ਕਿਹੜੀਆਂ ਚੀਜ਼ਾਂ 1984 ਦੇ ਬਾਅਦ ਤੁਹਾਨੂੰ ਮਿਲੀਆਂ ਤੇ ਕਿਹੜੀਆਂ ਰਹਿ ਗਈਆਂ, ਤੁਸੀਂ ਚਿੱਠੀ ਨੂੰ ਦਿੱਤੀ ਹੈ। ਉਹਦੇ ਤੇ ਪ੍ਰਧਾਨ ਨੇ ਇੰਨੀ ਗੱਲ ਕੀਤੀ ਜਲਦੀ ਅਸੀਂ ਸਾਰੀ ਛਾਣਬੀਣ ਕਰ ਰਹੇ ਹਾਂ, ਜਲਦੀ ਤੁਹਾਨੂੰ ਇਹਦੀ ਲੈਟਰ ਮਿਲ ਜਾਏਗੀ ਤੇ ਬਾਕੀਆਂ ਨੂੰ ਵੀ ਮਿਲ ਜਾਏਗੀ। ਇਸ ਕਰਕੇ ਅੱਜ ਉੱਥੇ ਵੀ ਧੂਮ ਧੜੱਕੇ ਨਾਲ ਹੋਈ ਆ। ਲੇਕਿਨ ਮੇਨ ਫੈਸਲਾ ਮੈਂ ਇਹ ਕੀਤਾ ਕਿ ਦਰਬਾਰ ਸਾਹਿਬ ਨੂੰ ਜਿਹੜੇ ਅੰਦਰ ਜਾਣ ਵਾਲੇ ਗੇਟ ਉਹਨਾਂ ਦੀ ਗੱਲ ਸਕੈਨਰ ਲਾ ਦਿਆਂਗੇ, ਸਕੈਨਰ ਵਾਲੇ ਪਤਾ ਲੱਗ ਜਾਏਗਾ ਕਿ ਕੋਈ ਬੰਦਾ ਕੋਈ ਗੈਰ ਵਸਤੂ ਦੇ ਅੰਦਰ ਨਹੀਂ ਜਾ ਰਿਹਾ। 905-813-1320 ਲਾਸਟ ਕੁਐਸਚਨ ਭਾਟੀ ਸਾਹਿਬ, ਫਿਰ ਆਪਾਂ ਵਾਈਂਡ ਅਪ ਕਰਦੇ ਹਾਂ ਗੱਲਬਾਤ ਨੂੰ। ਤੁਹਾਨੂੰ ਪਤਾ ਕਿ ਸਮਾਂ ਸਾਨੂੰ ਆਗਿਆ ਨਹੀਂ ਦੇ ਰਿਹਾ ਜੀ। ਪ੍ਰਕਾਸ਼ ਸਿੰਘ ਬਾਦਲ ਜੀ ਦਾ ਕੀ ਹਾਲ ਚਾਲ ਹੈ ਜੀ? ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਹਾਲ ਬਿਲਕੁਲ ਠੀਕ ਠਾਕ ਆ ਜੀ। ਉਹ ਚੜ੍ਹਦੀ ਕਲਾ ਚ ਨੇ। 1957 ਤੋਂ ਉਹਨਾਂ ਇਲੈਕਸ਼ਨ ਲੜੀ ਸ਼ੁਰੂ ਕੀਤੀ ਸੀ। 1957 ਤੋਂ ਲੈ ਕੇ ਅੱਜ 2022 ਤੱਕ ਸਰਕਾਰੀ ਕੋਠੀਆਂ ਦੇ ਕਬਜ਼ੇ ਰਹੇ ਨੇ, ਉਹਨਾਂ ਦੇ ਬੰਗਲਿਆਂ ਦੇ ਕਬਜ਼ੇ ਰਹੇ ਨੇ, ਉਹਨਾਂ ਦੇ MLA ਹੋਸਟਲ ਦੇ ਕਬਜ਼ੇ ਰਹੇ ਨੇ ਉਹਨਾਂ ਦੇ। ਲੇਕਿਨ ਅੱਜ ਉਹ MLAਸ਼ਿਪ ਖਤਮ ਹੋ ਗਈ ਆ ਤੇ ਹੱਥ ਜੋੜ ਕੇ ਸਰਕਾਰ ਨੇ ਕਹਿਤਾ ਹੁਣ ਬਾਬਾ ਜੀ ਆ ਖਾਲੀ ਕਰ ਦਿਓ ਕੋਠੀ ਜਿਹੜੀ ਤੁਹਾਡੇ ਕੋਲ ਬੜੀ ਪੁਰਾਣੀ ਹੈ, ਤੇ ਜਿਸ ਕੋਠੀ ਦੇ ਵਿੱਚ 50-60 ਸਾਲ ਲੱਗ ਜਾ ਰਹੇ ਹੋਣ, ਮੁਹੱਬਤ ਵੀ ਉਹਨਾਂ ਬੜੀ ਹੁੰਦੀ ਹੈ। ਲੇਕਿਨ ਅੱਜ ਉਹਨਾਂ ਨੇ ਕੋਠੀ ਖਾਲੀ ਕੀਤੀ ਹੈ ਬੜੇ ਭਰੇ ਹੋਏ ਮਨ ਨਾਲ। ਉਹਨਾਂ ਦੇ ਬੇਟੇ ਸਰਦਾਰ ਸੁਖਬੀਰ ਸਿੰਘ ਆਪਣੀ ਕੋਠੀ ਸਮਾਨ ਚੁੱਕ ਕੇ ਲੈ ਗਏ ਨੇ ਤੇ ਕੋਠੀ ਸਰਕਾਰ ਦੇ ਹਵਾਲੇ ਕਰਤੀ। ਆ ਲੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।